ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ। ਮੇਰੇ ਨਾਲ ਮੌਜੂਦ ਨੇ ਜਸਮੀਤ ਪਾਟੀਆ ਜੀ, ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ ਨੇ। ਹੁਣ ਜਦੋਂ ਕੈਨੇਡਾ ਦੇ ਵਿੱਚ ਬਹੁਤ ਕੁਝ ਬਦਲ ਗਿਆ, ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਦੀ ਲੋੜ ਪੈਣੀ ਹੈ, ਪ੍ਰਾਈਵੇਟ ਕਾਲਜਸ ਨੂੰ ਬਹੁਤ ਘੱਟ ਸੰਭਾਵਨਾ ਹੈ ਕਿ ਇਹ ਆਸਾਨੀ ਨਾਲ ਇਹ ਲੈਟਰ ਮਿਲੇਗੀ, ਸੋ ਹੁਣ ਆਫਰ ਲੈਟਰ ਸਰਕਾਰੀ ਕਾਲਜ 83 ਤੋਂ ਵੱਧ ਲੈਂਡਮਾਰਕ ਇਮੀਗ੍ਰੇਸ਼ਨ ਡਾਇਰੈਕਟ ਜੁੜਿਆ। ਹੁਣ ਸਵਾਲ ਇਹ ਹੈ ਕਿ ਕਿਹੜੇ ਕਿਹੜੇ ਉਹ ਸਰਕਾਰੀ ਕਾਲਜ ਨੇ ਕੈਨੇਡਾ ਦੇ ਵਿੱਚ ਜਿਨ੍ਹਾਂ ਦੀ ਆਫਰ ਲੈਟਰ ਲਈ ਮਾਰਾਮਾਰੀ ਹੋਏਗੀ, ਅਤੇ ਜਸਮੀਤ ਜੀ ਆਫਰ ਲੈਟਰ ਕਿਵੇਂ ਦਿਵਾਉਣਗੇ, 5000 ਦਾ ਟਾਰਗੇਟ ਰੱਖਿਆ, ਸਾਰੀਆਂ ਗੱਲਾਂ ਜਸਮੀਤ ਜੀ ਨਾਲ ਕਰਦੇ ਹਾਂ। ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ। ਸਪਟੈਂਬਰ ਮੇ ਜਸਮੀਤ ਜੀ ਆਫਰ ਲੈਟਰ ਦੀ ਮਾਰਾਮਾਰੀ ਹੋਣੀ ਹੈ ਹੁਣ ਸਰਕਾਰੀ ਕਾਲਜਾਂ ਦੀ, ਤੁਸੀਂ ਕਿੰਨੇ ਕੁ ਵਿਦਿਆਰਥੀਆਂ ਦੀ ਆਫਰ ਲੈਟਰ ਦਵਾ ਸਕੋਗੇ ਅਤੇ ਬਾਕੀ ਵਿਦਿਆਰਥੀ ਕੀ ਕਰਨਗੇ? ਦੇਖੋ, ਇਸ ਟਾਈਮ 'ਤੇ ਫਿਊਚਰ, ਜਦੋਂ ਆਪਾਂ ਫਿਊਚਰ ਦੀ ਗੱਲ ਕਰਦੇ ਹਾਂ, ਕੈਨੇਡਾ ਦਾ ਫਿਊਚਰ ਥੋੜ੍ਹਾ ਬ੍ਰਾਈਟ ਨਜ਼ਰ ਆ ਰਿਹਾ, ਬਿਕੋਜ਼ ਸਰਕਾਰ ਕੁਛ ਚੇਂਜਿਸ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਸੋ ਚੇਂਜਿਸ ਨਾਲ ਕੀ ਫਾਇਦੇ ਹੋਣਗੇ ਵੀ ਮੈਂ ਦੱਸ ਦਿੰਦਾ ਕਿ ਫਿਊਚਰ ਵਿੱਚ ਜਿਹੜੇ ਬੱਚੇ ਜਾਣਗੇ ਉਹਨਾਂ ਨੂੰ ਮਿਲੇਗੀ ਪਾਰਟ ਟਾਈਮ ਜੋਬ, ਫਿਊਚਰ ਵਿੱਚ ਜਿਹੜੇ ਬੱਚੇ ਜਾਣਗੇ ਉਹਨਾਂ ਨੂੰ ਹਾਊਸਿੰਗ ਦਾ ਇਸ਼ੂ ਨਹੀਂ ਆਏਗਾ, ਫਿਊਚਰ ਵਿੱਚ ਜਿਹੜੇ ਜਾਣਗੇ ਉਹਨਾਂ ਨੂੰ ਇੱਕ ਕੈਨੇਡੀਅਨ ਐਕਸਪੀਰੀਅੰਸ ਮਿਲੇਗਾ, ਉੱਥੇ ਪੜ੍ਹ ਕੇ ਉਹਨਾਂ ਨੂੰ ਇੱਕ ਬਹੁਤ ਵਧੀਆ ਐਕਸਪੀਰੀਅੰਸ ਮਿਲੇਗਾ, ਫਿਊਚਰ ਵਿੱਚ ਜਿਹੜੇ ਬੱਚੇ ਜਾਣਗੇ ਉਹਨਾਂ ਨੂੰ ਉੱਥੇ ਪ੍ਰੋਪਰ ਸਪੋਰਟ ਮਿਲੇਗੀ ਕਾਲਜਸ ਵੱਲੋਂ। ਬਟ ਇਹ ਸਾਰਾ ਕੁਝ ਤਾਂ ਹੀ ਪੋਸੀਬਲ ਹੈ ਜੇ ਬੱਚੇ ਇੱਕ ਰਾਈਟ ਫਰੇਮ ਆਫ ਮਾਈਂਡ ਦੇ ਨਾਲ ਜਾਣ। ਜਦੋਂ ਅਸੀਂ ਕਹਿਣ ਲੱਗ ਜਾਂਦੇ ਹਾਂ ਨਾ ਕਿ ਤੁਸੀਂ ਚਲੇ ਜਾਓ, ਉੱਥੇ ਜਾ ਕੇ ਜੋ ਮਰਜ਼ੀ ਕਰ ਲਿਓ, ਫਿਰ ਬੱਚੇ ਉੱਥੇ ਜਾ ਕੇ ਕਨਫਿਊਜ਼ ਹੋ ਜਾਂਦੇ ਆ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਮੈਂ ਹੁਣ ਇੱਥੇ ਪੜ੍ਹਾਂ ਕਿ ਨਾ ਪੜ੍ਹਾਂ। ਜਿਹੜਾ ਪੜ੍ਹਨ ਵਾਲਾ ਬੱਚਾ ਵੀ ਆਉਂਦਾ ਨਾ, ਉਹ ਵੀ ਪੜ੍ਹਾਈ ਛੱਡ ਕੇ ਕੰਮ ਕਰਨ ਲੱਗ ਜਾਂਦਾ। ਸੋ ਸਟੂਡੈਂਟਸ ਇੱਕ ਕਲੈਰਿਟੀ ਆਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਔਰ ਸਟੂਡੈਂਟਸ ਕੈਨੇਡਾ ਨੂੰ ਬਣਾ ਦਿੱਤਾ ਗਿਆ ਸੀ ਦੁਬਈ, ਕਿ ਜਿਹੜਾ ਵੀ ਜਾ ਰਿਹਾ ਉਹ ਕੈਨੇਡਾ ਜਾ ਰਿਹਾ, ਦੁਬਈ ਵਾਂਗੂ ਅਸੀਂ ਕੈਨੇਡਾ ਜਾਈ ਜਾ ਰਹੇ ਹਾਂ। ਸੋ ਬਟ ਉਸ ਚੀਜ਼ ਦੀ ਹੋ ਜਾਂਦੀ ਵੈਲਿਊ ਖਤਮ, ਮੈਂ ਕਿਤੇ ਨਹੀਂ ਹੋਰ ਚੱਲਾ ਤਾਂ ਮੈਂ ਕੈਨੇਡਾ ਚਲੇ ਹੀ ਜਾਵਾਂਗਾ। ਸੋ ਸਟੂਡੈਂਟਸ ਇਸ ਚੀਜ਼ ਨੂੰ ਦੇਖਦਿਆਂ ਹੋਇਆਂ ਸਰਕਾਰ ਨੂੰ ਲੱਗਿਆ ਕਿ ਜਿਹੜੇ ਬੱਚੇ ਉੱਥੇ ਆ ਰਹੇ ਹੈ ਉਹਨਾਂ ਨੂੰ ਪਹਿਲੀ ਗੱਲ ਤਾਂ ਪ੍ਰੋਪਰ ਸਪੋਰਟ ਹੀ ਨਹੀਂ ਮਿਲ ਰਹੀ, ਉਹਨਾਂ ਨੂੰ ਦੱਸਿਆ ਨਹੀਂ ਜਾ ਰਿਹਾ ਕਿ ਕੈਨੇਡਾ ਦੇ ਰੂਲਸ ਐਂਡ ਰੈਗੂਲੇਸ਼ਨ ਕੀ ਹੈ, ਉੱਥੇ ਕ੍ਰਾਈਮ ਵੱਧ ਗਿਆ। ਸੋ ਮੈਨੂੰ ਲੱਗਦਾ ਕਿ ਕੋਈ ਵੀ ਪੇਰੈਂਟ ਆਪਣੇ ਐਸੇ ਜਗ੍ਹਾ ਨਹੀਂ ਭੇਜਣਾ ਚਾਹੇਗਾ ਜਿੱਥੇ ਕ੍ਰਾਈਮ ਵੱਧ ਹੋਏ, ਜਿੱਥੇ ਨੌਕਰੀ ਨਾ ਮਿਲੇ, ਜਿੱਥੇ ਘਰ ਨਾ ਮਿਲੇ, ਐਸੇ ਦੇਸ਼ 'ਚ ਕਿਹੜਾ ਪੇਰੈਂਟ ਆਪਣੇ ਬੱਚਿਆਂ ਨੂੰ ਭੇਜਣਾ ਚਾਹੇਗਾ? ਸੋ ਇਹ ਸਾਰੀਆਂ ਚੀਜ਼ਾਂ ਦੇਖਦਿਆਂ ਹੋਇਆਂ ਸਰਕਾਰ ਨੇ ਲਏ ਔਖੇ ਕਦਮ ਤਾਂ ਕਿ ਸਾਰਾ ਕੁਝ ਸਟ੍ਰੀਮਲਾਈਨ ਹੋ ਪਾਏ, ਕਿਉਂਕਿ ਕੈਨੇਡਾ ਇੱਕ ਬਹੁਤ ਹੀ ਪੀਸਫੁੱਲ ਕੰਟਰੀ ਆ, ਉੱਥੇ ਕਦੀ ਕ੍ਰਾਈਮ ਹੁੰਦਾ ਹੀ ਨਹੀਂ ਸੀ, ਪੁਲਿਸ ਬਹੁਤ ਜ਼ਿਆਦਾ ਫਰੈਂਡਲੀ ਹੈ, ਕਦੀ ਕਿਸੇ ਨੂੰ ਨਜਾਇਜ਼ ਤੰਗ ਨਹੀਂ ਕਰਦੀ। ਸੋ ਇਸ ਚੀਜ਼ ਦਾ ਅਸੀਂ ਕਹੀਏ ਕਿ ਜਿਹੜੇ ਲੋਕਾਂ ਨੇ ਉਠਾਇਆ ਨਜਾਇਜ਼ ਫਾਇਦਾ, ਸੋ ਸਟੂਡੈਂਟਸ ਇਸ ਚੀਜ਼ ਨੂੰ ਅਸੀਂ ਕਹਿ ਸਕਦੇ ਹਾਂ ਕਿ ਫਿਊਚਰ ਵਿੱਚ ਜਿਹੜੇ ਬੱਚੇ ਹੁਣ ਪੜ੍ਹਨ ਜਾਣਗੇ ਉਹਨਾਂ ਨੂੰ ਪੂਰੀ ਸਪੋਰਟ ਮਿਲੇਗੀ ਔਰ ਪ੍ਰੋਪਰ ਕੈਨੇਡਾ ਦਾ ਐਕਸਪੀਰੀਅੰਸ ਮਿਲੇਗਾ ਪੜ੍ਹਨ ਦਾ ਔਰ ਅੱਛੀਆਂ ਨੌਕਰੀਆਂ ਮਿਲਣਗੀਆਂ। ਅਤੇ ਸਰ ਕਿਹੜੇ ਕਾਲਜ ਨੇ ਸਰਕਾਰੀ? ਸਰਕਾਰੀ ਦੇਖੋ 83 ਕਾਲਜ ਹੈ ਸਾਡੇ ਕੋਲ, ਲੈਂਡਮਾਰਕ ਇਮੀਗ੍ਰੇਸ਼ਨ ਕੋਲ 83। ਮਾਰਾਮਾਰੀ ਕਿੱਥੇ ਹੋਣੀ ਆਫਰ ਦੀ ਮੁੱਖ ਜੇ ਕੱਢ ਲਈ ਤਾਂ? ਮਾਰਾਮਾਰੀ ਮਾਸਟਰਸ 'ਚ ਮਾਰਾਮਾਰੀ ਹੋਣ ਦੀ ਦਿਖੇਗੀ ਕਿ ਮਾਸਟਰ ਪ੍ਰੋਗਰਾਮਸ 'ਚ ਬਹੁਤ ਜ਼ਿਆਦਾ ਆਫਰ ਲੈਟਰ ਡਿਮਾਂਡ 'ਤੇ ਆ ਜਾਏਗੀ, ਬਿਕੋਜ਼ ਉਹਦੇ 'ਚ ਸਪਾਊਸ ਅਲਾਊਡ ਕਰ ਦਿੱਤਾ ਗਿਆ। ਸੋ ਇਹਦੇ ਵਿੱਚ ਕਿਤੇ ਨਾ ਕਿਤੇ ਸਟੂਡੈਂਟ ਨੂੰ ਔਖ ਹੋਏਗੀ ਆਫਰ ਲੈਟਰ 'ਚ ਫਿਊਚਰ 'ਚ। ਔਰ ਜਿਹੜੇ ਬੱਚੇ ਅਪਲਾਈ ਕਰਨਾ ਚਾਹੁੰਦੇ ਆ ਹੁਣ MBA, ਮਾਸਟਰਸ ਇਨ ਮੈਨੇਜਮੈਂਟ, ਮਾਸਟਰ ਇਨ ਡੇਟਾ ਐਨਾਲਿਟਿਕਸ, ਉਹਨਾਂ ਨੂੰ ਮੇਰੀ ਹੈ ਕਿ ਜਲਦ ਤੋਂ ਜਲਦ ਆਫਰ ਲੈਟਰ ਅਪਲਾਈ ਕਰੋ। ਫਿਰ ਅਸੀਂ ਗੱਲ ਕਰ ਲੈਂਦੇ ਹਾਂ ਕਿ ਸਟੂਡੈਂਟਸ ਮਾਰੋਮਾਰੀ ਸਰਕਾਰੀ ਕਾਲਜ ਦੇ ਆਫਰ ਲੈਟਰ 'ਤੇ ਵੀ ਹੋਏਗੀ ਜਿਹੜੇ ਚੰਗੇ ਕੋਰਸਿਸ ਹੈ। ਹੁਣ ਬੱਚੇ ਮੰਗਣ ਲੱਗ ਗਏ ਮੈਨੂੰ ਮਕੈਨੀਕਲ ਇੰਜੀਨੀਅਰ 'ਚ ਜਾਣਾ, ਮੈਨੂੰ ਮੋਟਰ ਪਾਵਰ ਟੈਕਨੀਸ਼ੀਅਨ 'ਚ ਜਾਣਾ। ਅੱਜ ਤੋਂ 4 ਸਾਲ ਪਹਿਲਾਂ ਵੀ ਅਸੀਂ ਇੱਦਾਂ ਹੀ ਬੱਚਿਆਂ ਨੂੰ ਚੰਗੇ ਚੰਗੇ ਕੋਰਸ 'ਚ ਭੇਜਦੇ ਸੀ ਔਰ ਉਹ ਬੱਚੇ $50-$50 ਦੀ ਨੌਕਰੀ ਕਰ ਰਹੇ ਨੇ। ਸੋ ਇੱਕ ਬੱਚਿਆਂ ਦਾ ਅਸੀਂ ਕਹੀਏ ਕਿ ਮਾਇੰਡ ਸੈੱਟ ਹੀ ਖਰਾਬ ਕਰ ਦਿੱਤਾ ਗਿਆ ਕਿ ਤੁਸੀਂ ਪੜ੍ਹਨਾ ਨਹੀਂ ਆ, ਤੁਸੀਂ ਪਹੁੰਚੋ ਬਸ। ਸੋ ਪਹੁੰਚ ਕੇ ਕਰਾਂਗੇ ਕਿ 2 ਸਾਲ ਬਾਅਦ ਮੁੜ ਕੇ ਆਵਾਂਗੇ ਇੰਡੀਆ, ਪਹੁੰਚ ਕੇ ਕਰਾਂਗੇ ਕਿ ਉੱਥੇ ਧੱਕੇ ਖਾਵਾਂਗੇ ਲੋਇਰਸ ਦੇ ਦਫ਼ਤਰਾਂ ਦੇ ਜਿਹੜੇ $50-$50 ਮੰਗ ਰਹੇ ਹੈ ਸਾਡੇ ਤੋਂ। ਸੋ ਸਟੂਡੈਂਟਸ ਇੱਕ ਸਹੀ
ਮਾਰਗਦਰਸ਼ਨ ਦੀ ਲੋੜ ਸੀ। ਮੈਨੂੰ ਲੱਗਦਾ ਕਿ ਕੁਛ ਚੀਜ਼ਾਂ ਠੀਕ ਹੈ, ਕੁਛ ਚੀਜ਼ਾਂ ਗਲਤ ਹੈ, ਕਿਉਂਕਿ ਜੇ ਡਿਪਲੋਮਾ ਵਾਲੇ ਬੱਚਿਆਂ ਦੇ ਵੀ ਸਪਾਊਸਿਸ ਨਾਲ ਜਾਣੇ ਚਾਹੀਦੇ ਸੀ, ਕੀ ਕਹਿੰਦੇ ਆ ਜਿਹੜੇ ਬੱਚੇ ਉੱਥੇ ਜੈਨੂਇਨਲੀ ਪੜ੍ਹ ਰਹੇ ਆ ਉਹਨਾਂ 'ਤੇ ਇਫੈਕਟ ਨਹੀਂ ਆਉਣਾ ਚਾਹੀਦਾ ਸੀ। ਬਟ ਹੁਣ ਜਿਹਨੂੰ ਕਹਿੰਦੇ ਆ ਕਿ ਆਟੇ ਦੇ ਨਾਲ ਘੁਣ ਪਿਸ ਜਾਂਦਾ, ਸੋ ਇਹਦੇ ਨਾਲ ਇਹ ਚੇਂਜਿਸ ਵੀ ਲਿਆਉਂਦੇ ਗਏ। ਸੋ ਸਟੂਡੈਂਟਸ ਇਸ ਚੀਜ਼ ਨੂੰ ਧਿਆਨ ਦਿੰਦਿਆਂ ਹੋਇਆਂ ਮੈਨੂੰ ਲੱਗਦਾ ਕਿ ਫਿਊਚਰ ਵਿੱਚ ਤੁਹਾਨੂੰ ਇੱਕ ਚੰਗੇ ਕੰਸਲਟੈਂਟ ਦੀ ਲੋੜ ਪਏਗੀ। ਚਲੋ 9413-9412 ਇਸ ਨੰਬਰ 'ਤੇ ਤੁਸੀਂ ਸੰਪਰਕ ਕਰਨਾ ਆਫਰ ਲੈਟਰ ਲੈਣ ਲਈ। ਜਸਮੀਤ ਭਾਟੀਆ ਜੀ ਅਵੇਲੇਬਲ ਨੇ, ਹੋਰ ਕਲੈਰਿਟੀ ਇਸੇ ਨੰਬਰ 'ਤੇ ਲਓ। ਵਟਸਐਪ ਨੰਬਰ ਸਕਰੀਨ 'ਤੇ ਹੈ 9410-96-100। ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮੱਚ।